ਦਿਲ ਦੀ ਗੱਲ ਮੇਰੀ ਇਹ ਹੈ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ। ਅੱਜ ਝੂੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ, ਬਹੁਤ ਚੰਗੇ ਇਨਸਾਨ ਨੇ ਜੀ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਬਟ ਮੇਰੀ ਇਹ ਪਰਸਨਲ ਓਪੀਨੀਅਨ ਹੈ, ਮੈਂ ਅੱਜ ਓਪੀਨੀਅਨ ਦੇ ਦਿੱਤੀ, ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ, ਮਗਰ ਮੈਂ ਫਿਰ ਕਿਹਾ ਪਾਰਟੀ ਨੇ ਜਿਹਨੂੰ ਵੀ ਟਿਕਟ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਹਾਂ ਜੀ। ਬਿਕਰਮ ਸਿੰਘ ਮਜੀਠੀਆ ਨੇ ਆਪਣੀ ਨਿੱਜੀ ਰਾਏ ਦੇ ਦਿੱਤੀ ਕਿ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣੇ ਚਾਹੀਦੇ ਨੇ, ਪਰ ਪ੍ਰਧਾਨ ਸਾਹਿਬ ਦਾ ਫੈਸਲਾ ਸੁਣਾ ਚੁੱਕੇ ਨੇ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਐਲਾਨ ਕੇ, ਪਰ ਕੀ ਇਹ ਫੈਸਲਾ ਬਦਲਿਆ ਜਾਵੇਗਾ? ਕਿਉਂਕਿ ਪਾਰਟੀ ਅੰਦਰੋਂ ਵੀ ਪ੍ਰੈਸ਼ਰ ਆ ਰਿਹਾ, ਢੀਂਡਸਾ ਪਰਿਵਾਰ ਵੀ ਨਾਰਾਜ਼ ਹੈ। ਇਸ 'ਤੇ ਹੋਰ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਮੌਜੂਦ ਨੇ। ਵਿੱਕੀ, ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਬਰਕਰਾਰ, ਪ੍ਰਧਾਨ ਸਾਹਿਬ ਜਾਂਦੇ ਨੇ ਘਰ ਮਨਾਉਣ ਦੇ ਲਈ, ਪਰ ਅਜੇ ਤਾਂ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਤਾਂ ਮਜੀਠੀਆ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਖੁੱਲ੍ਹੇ ਮੰਚ 'ਤੇ ਕਿ ਬਈ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਉਣਾ ਚਾਹੀਦਾ, ਕੀ ਮਾਇਨੇ ਕੱਢੇ ਜਾਣ? ਜੀ ਬਿਲਕੁਲ ਅਰਥ, ਕਿਉਂਕਿ ਇਹ ਚੀਜ਼ਾਂ ਦੇ ਬਹੁਤ ਮਾਇਨੇ ਨਿਕਲਣਗੇ, ਆਪਾਂ ਵਾਰੀ ਵਾਰੀ ਦੇ ਨਾਲ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਢੀਂਡਸਾ ਪਰਿਵਾਰ ਦੇ ਲਈ ਇੱਕ ਜਿਹੜੀ ਚੰਗੀ ਰਾਹਤ ਵਾਲੀ ਖਬਰ ਇਹ ਹੈ ਕਿ ਬਾਦਲ ਖੇਮੇ ਦੇ ਵਿੱਚੋਂ ਇੱਕ ਵੱਡਾ ਲੀਡਰ ਢੀਂਡਸਾ ਸਾਹਿਬ ਦੇ ਹੱਕ ਦੇ ਵਿੱਚ ਭੁਗਤਿਆ, ਯਾਨੀ ਕਿ ਢੀਂਡਸਾ ਪਰਿਵਾਰ ਦੇ ਹੱਕ ਦੀ ਗੱਲ ਕੀਤੀ ਹੈ, ਜਿਸ ਦੀ ਉਮੀਦ ਸ਼ਾਇਦ ਲੋਕ ਵੀ ਨਹੀਂ ਕਰ ਰਹੇ ਹੋਣਗੇ, ਕਿਉਂਕਿ ਸਿਆਸੀ ਗਰਿਆਰਿਆਂ ਦੇ ਵਿੱਚ ਹਰ ਦਿਨ ਨਵੇਂ ਬਿਆਨ ਆਉਂਦੇ ਨੇ। ਜਿਵੇਂ ਹੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਦੇ ਵਿੱਚ ਬਿਕਰਮਜੀਤ ਸਿੰਘ ਜਿਹੜਾ ਮਜੀਠੀਆ ਦਾ ਬਿਆਨ ਆਇਆ, ਭਾਵੇਂ ਕਿ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੀ ਨਿੱਜੀ ਰਾਏ ਆ ਜੀ, ਪਰ ਸ਼ਾਇਦ ਵਿਕੀ ਤਕਰੀਬਨ ਪਹਿਲੀ ਵਾਰ ਹੀ ਹੋਵੇਗਾ ਜਦੋਂ ਬਿਕਰਮ ਸਿੰਘ ਮਜੀਠੀਆ ਪਾਰਟੀ ਤੋਂ ਥੋੜ੍ਹਾ ਅਲੱਗ ਜਾਂ ਆਪਣੇ ਪਾਰਟੀ ਪ੍ਰਧਾਨ ਤੋਂ ਥੋੜ੍ਹਾ ਅਲੱਗ ਨਿੱਜੀ ਰਾਏ ਆਪਣੀ ਪਬਲਿਕ ਪਲੈਟਫਾਰਮ 'ਤੇ ਦੇ ਰਹੇ ਨੇ, ਮੀਡੀਆ ਅੱਗੇ ਆਪਣੀ ਨਿੱਜੀ ਰਾਏ ਦੇ ਰਹੇ ਨੇ। ਜੀ ਬਿਲਕੁਲ, ਕਿਉਂਕਿ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਜ਼ਿਕਰ ਕਰ ਰਹੇ ਹੋਗੇ, ਕਿਉਂਕਿ ਜਦੋਂ ਟਿਕਟਾਂ ਦਾ ਐਲਾਨ ਹੋ ਚੁੱਕਿਆ, ਜਦੋਂ ਪਾਰਟੀ ਪ੍ਰਧਾਨ ਨੇ ਐਲਾਨ ਕਰ ਦਿੱਤਾ, ਤਾਂ ਦੂਜੇ ਪਾਸੇ ਇਕਬਾਲ ਸਿੰਘ ਝੂੰਦਾ ਨੇ ਆਪਣਾ ਚੋਣ ਪ੍ਰਚਾਰ ਵੀ ਜਿਹੜਾ ਸੰਗਰੂਰ ਇਲਾਕੇ ਦੇ ਵਿੱਚ ਸ਼ੁਰੂ ਕਰ ਦਿੱਤਾ ਗਾ। ਪਰ ਇਸੇ ਮੌਕੇ ਦੋ ਤਿੰਨ ਦਿਨਾਂ ਬਾਅਦ ਜਦੋਂ ਕਹਿ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਰੁੱਸੇ ਢੀਂਡਸਾ ਪਰਿਵਾਰ ਨੂੰ ਮਨਾਉਣ ਦੇ ਲਈ ਚੰਡੀਗੜ੍ਹ ਉਹਨਾਂ ਦੀ ਰਿਹਾਇਸ਼ 'ਤੇ ਜਾਂਦੇ ਨੇ, ਉੱਥੇ ਇਹ ਗੱਲਬਾਤ ਕਰਦੇ ਨੇ, ਪਰ ਸਿੱਟਾ ਕੁਝ ਨਹੀਂ ਨਿਕਲਦਾ, ਤਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਛੋਟਾ ਬਿਆਨ ਨਹੀਂ ਹੈਗਾ ਕਿ 2-4 ਸਕਿੰਟਾਂ ਦੇ ਵਿੱਚ ਸਿਰਫ ਕਿਸੇ ਨੇ ਰਿਐਕਸ਼ਨ ਮੰਗਿਆ ਹੋਵੇ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣਾ ਪੱਖ ਰੱਖਿਆ, ਉਹਨਾਂ ਨੇ ਬੜੀ ਬੇਵਾਕੀ ਦੇ ਨਾਲ ਕਹਿ ਸਕਦੇ ਹਾਂਗੇ ਖੁੱਲ੍ਹ ਕੇ ਗੱਲ ਰੱਖੀ ਆ, ਤਾਂ ਉਹਨਾਂ ਨੇ ਕਿਹਾ ਕਿ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਈਆਂ ਨੂੰ ਪਸੰਦ ਵੀ ਨਹੀਂ ਆਏਗਾ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਬੜਾ ਇੱਕ ਆਪਣੇ ਉਸੇ ਲਹਿਜ਼ੇ 'ਚ, ਤਿੱਖੇ ਲਹਿਜ਼ੇ 'ਚ ਅਤੇ ਤਿੱਖਾ ਨਰਮ ਜੋ ਉਹਨਾਂ ਦੇ ਇੱਕ ਵਿਅੰਗ ਲਹਿਜ਼ੇ 'ਚ ਉਹਨਾਂ ਨੇ ਗੱਲ ਕਹੀ ਹੈ। ਹਾਂ, ਕਿਉਂਕਿ ਉਹਨਾਂ ਨੇ ਕਿਹਾ ਭਾਵੇਂ, ਦੇਖੋ ਉਹਨਾਂ ਨੇ ਉਹ ਗੱਲ ਵੀ ਕਰੀ ਕਿ ਭਾਵੇਂ ਕਿ ਢੀਂਡਸਾ ਪਰਿਵਾਰ ਸਭ ਤੋਂ ਵੱਖ ਹੋ ਕੇ ਚਲੇ ਗਏ ਸੀ, ਘਰ ਵਾਪਸੀ ਹੋਈ ਆ, ਪਰ ਉਹਨਾਂ ਨੇ ਕਿਹਾ ਕਿ ਉਹ ਸੀਨੀਅਰ ਨੇ, ਸੀਨੀਅਰ ਨੂੰ ਦੇਖਦੇ ਹੋਏ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ, ਉਹ ਸਾਡੀ ਸਰਕਾਰ ਸਮੇਂ ਪਰਮਿੰਦਰ ਸਿੰਘ ਢੀਂਡਸਾ ਵਜ਼ੀਰ ਰਹੇ ਨੇ ਕਈ ਵਾਰ, ਉਸ ਤੋਂ ਬਾਅਦ ਫਿਰ 2019 ਦੀਆਂ ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਉਹਨਾਂ ਨੇ ਲੜੀਆਂ ਨੇ, ਉਹ ਕਹਿ ਰਹੇ ਨੇ ਕਿ ਭਾਵੇਂ ਕਿ ਇਸ ਗੱਲ ਦਾ ਜ਼ਿਕਰ ਬਿਕਰਮਜੀਤ ਮਜੀਠੀਆ ਕਰ ਰਹੇ ਨੇ ਕਿ ਉਹਨਾਂ ਦੀ ਨਿੱਜੀ ਰਾਏ ਹੈਗੀ, ਨਿੱਜੀ ਤੌਰ ਦੇ ਉੱਪਰ ਉਹਨਾਂ ਨੂੰ ਮੰਨਣਾ ਚਾਹੀਦਾ, ਤਾਂ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਟਿਕਟ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਜਦੋਂ ਤੁਸੀਂ ਮਿਲਣੀ ਚਾਹੀਦਾ ਸ਼ਬਦ ਯੂਜ਼ ਕਰਦੇ ਹੋ, ਤਾਂ ਕੀ ਢੀਂਡਸਾ ਪਰਿਵਾਰ ਨੂੰ ਟਿਕਟ ਮਿਲੇਗੀ? ਕੀ ਪਾਰਟੀ ਦੇ ਵਿੱਚ ਜਾਂ ਫਿਰ ਕਹਿ ਸਕਦੇ ਹਾਂ ਹਰਸਿਮਰਤ ਕੌਰ ਬਾਦਲ ਦੇ ਨਾਲ ਕੋਈ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲਬਾਤ ਹੋਈ ਹੋਵੇ, ਕੋਈ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਹੋਈ ਹੋਵੇ? ਕਿਉਂਕਿ ਆਮ ਤੌਰ 'ਤੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ ਲੀਡਰ ਚੁੱਪ ਰਹਿਣਾ ਪਸੰਦ ਕਰਦੇ ਨੇ, ਉਹ ਬਿਆਨਬਾਜ਼ੀ ਨਹੀਂ ਕਰਦੇ, ਪਰ ਲੇਕਿਨ ਜਦੋਂ ਖੁੱਲ੍ਹ ਕੇ 1.5-2 ਮਿੰਟ ਜਿਹੜੀ ਗੱਲ ਕੀਤੀ ਹੈਗੀ ਖਾਸ ਤੌਰ ਦੇ ਉੱਪਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਦੇ ਵਿੱਚ, ਖਾਸ ਕਰ ਉਹਨਾਂ ਦੇ ਪਿਛੋਕੜ ਦੇ ਵਿੱਚ ਜਾ ਕੇ, ਤਾਂ ਕਿਤੇ ਨਾ ਕਿਤੇ ਢੀਂਡਸਾ ਪਰਿਵਾਰ ਨੂੰ ਵੀ ਜਿਹੜੀ ਉਮੀਦ ਹੈ ਜਿਹੜੀ ਉਹ ਹੁਣ ਹੋਰ ਜਾਗੀ ਹੋਏਗੀ, ਪਰ ਲੇਕਿਨ ਇਕਬਾਲ ਸਿੰਘ ਝੂੰਦਾ ਦੇ ਖੇਮੇ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਬਿਆਨ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਹਲਚਲ ਵੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੋਏਗੀ, ਕਿਉਂਕਿ ਜਦੋਂ ਵੱਡਾ ਬਿਆਨ ਆਉਂਦਾ ਤਾਂ ਵੱਡੇ ਬਿਆਨ ਤੋਂ ਬਾਅਦ ਕਿਸੇ ਦੀ ਟਿਕਟ ਮਿਲਣੀ, ਕਿਸੇ ਦੀ ਖੁੱਸਣੀ
ਤੈ ਆ। ਤੇ ਬਿਲਕੁਲ ਵਿੱਕੀ, ਕੀ ਅਸੀਂ ਮੰਨ ਸਕਦੇ ਹਾਂ ਇਹੋ ਜਿਹੀ ਕੋਈ ਚਰਚਾ ਚੱਲ ਰਹੀ ਹੈ? ਕਿਉਂਕਿ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਜਗ ਜ਼ਾਹਰ ਹੈ, ਸਭ ਨੂੰ ਪਤਾ ਹੈ ਕਿ ਜਿਵੇਂ ਪ੍ਰਧਾਨ ਸਾਹਿਬ ਵੀ ਉਹਨਾਂ ਦੇ ਘਰ ਪਹੁੰਚਦੇ ਨੇ, ਸੁਖਬੀਰ ਸਿੰਘ ਬਾਦਲ ਮਨਾਉਣ ਦੇ ਲਈ ਮਨਾਇਆ ਨਹੀਂ ਜਾ ਸਕਿਆ, ਅਜੇ ਤੱਕ ਨਾਰਾਜ਼ਗੀ ਬਰਕਰਾਰ ਹੈ, ਕਿ ਟਿਕਟ ਕੱਟੀ ਜਾ ਸਕਦੀ ਹੈ ਇਕਬਾਲ ਸਿੰਘ ਝੂੰਦਾ ਦੀ, ਐਸਾ ਸੰਭਵ ਹੈ? ਕੋਈ ਐਸੀ ਚਰਚਾ ਹੈ? ਦੇਖੋ ਚਰਚਾਵਾਂ ਬਹੁਤ ਚੱਲ ਰਹੀਆਂ ਨੇ, ਚਰਚਾਵਾਂ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕਿ ਟਿਕਟ ਕੱਟੀ ਵੀ ਜਾ ਸਕਦੀ ਹੈ, ਟਿਕਟ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਤੀ ਵੀ ਜਾ ਸਕਦੀ ਹੈ, ਜਾਂ ਕਿਸੇ ਹੋਰ ਪਾਰਟੀ ਵੱਲੋਂ ਵੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਕਿਸੇ ਹੋਰ ਉਮੀਦਵਾਰ ਦੀ ਟਿਕਟ ਵੀ ਜਾਣੀ ਕਿ ਵਾਪਸ ਲਈ ਜਾ ਸਕਦੀ ਹੈ। ਅਜੇ ਤੱਕ ਸਿਰਫ ਬੀਜੇਪੀ ਪਾਰਟੀ ਨੇ, ਬੀਜੇਪੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ। ਸੋ ਜਦੋਂ ਸੁਖਦੇਵ ਸਿੰਘ ਢੀਂਡਸਾ ਦਿੱਲੀ ਆਏ ਸੀ, ਉਦੋਂ ਇਹ ਵੀ ਚਰਚਾ ਚੱਲੀ ਸੀ ਕਿਤੇ ਬੀਜੇਪੀ ਵੱਲੋਂ ਤਾਂ ਨਹੀਂ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੋਣਗੇ, ਕਿਉਂਕਿ ਅਫਕੋਰਸ ਬੀਜੇਪੀ ਨੂੰ ਵੀ ਇਹ ਕੈਂਡੀਡੇਟ, ਸਟਰੋਂਗ ਕੈਂਡੀਡੇਟ ਚਾਹੀਦਾ ਹੋਏਗਾ, ਅਤੇ ਇਸ ਨਾਰਾਜ਼ਗੀ ਦਾ ਕੋਈ ਹੋਰ ਪਾਰਟੀ ਵੀ ਫਾਇਦਾ ਲੈ ਸਕਦੀ ਹੈ। ਦੇਖੋ ਕਿਉਂਕਿ ਜਦੋਂ ਇੱਕ ਵੱਡਾ ਚਿਹਰਾ, ਜਿਸ ਵੱਡੇ ਚਿਹਰੇ ਦੀ ਗੱਲ ਬਿਕਰਮਜੀਤ ਸਿੰਘ ਮਜੀਠੀਆ ਕਰਦੇ ਨੇ, ਤਾਂ ਸਾਫ ਜਿਹੇ ਤੌਰ ਦੇ ਉੱਪਰ ਦੂਸਰੀਆਂ ਪਾਰਟੀਆਂ ਵੀ ਅਪਰੋਚ ਕਰਦੀਆਂ ਹੋਣਗੀਆਂ, ਕਿਉਂਕਿ ਜਦੋਂ ਰਾਜਨੀਤੀ ਦੇ ਇਸ ਤਰ੍ਹਾਂ ਦੇ ਜਿਹੜੇ ਮਾਇਨੇ ਉਹ ਨਿਕਲਦੇ ਨੇ ਬਿਆਨਾਂ ਦੇ, ਜਾਂ ਫਿਰ ਜਦੋਂ ਚੋਣਾਂ ਆਉਂਦੀਆਂ ਨੇ, ਦਲ ਬਦਲੀਆਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ, ਰਾਜ ਲੀਡਰ ਦੂਜੇ ਪਾਸੇ ਜਾਂਦਾ। ਪਰ ਇੱਥੇ ਇੱਕ ਚੀਜ਼ ਮੈਂ ਕਲੀਅਰ ਕਰ ਦੇਵਾਂ ਅਰਸ ਤੁਹਾਨੂੰ, ਕਿ ਸੁਖਦੇਵ ਸਿੰਘ ਢੀਂਡਸਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਤਲਖ ਨੇ, ਪਰਮਿੰਦਰ ਸਿੰਘ ਢੀਂਡਸਾ ਬਹੁਤ ਨਰਮ ਸੁਭਾਅ ਦੇ ਨੇ। ਪਰਮਿੰਦਰ ਸਿੰਘ ਢੀਂਡਸਾ ਦੀ ਸਵੀ ਆ ਜਿਹੜੀ, ਉਹ ਸੰਗਰੂਰ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ, ਅਕਾਲੀ ਵਰਕਰਾਂ ਦੇ ਵਿੱਚ ਬਹੁਤ ਸਾਣ ਵਾਲੀ ਆ, ਜਦਕਿ ਵਿਰੋਧੀ ਵੀ ਉਸਦੀ ਜਿਹੜੀ ਪ੍ਰਸ਼ੰਸਾ ਕਰਦੇ ਨੇ ਆਫ ਦਾ ਕੈਮਰਾ ਜਦੋਂ ਆਪਾਂ ਗੱਲਬਾਤ ਕਰਦੇ ਹਾਂ। ਬਿਲਕੁਲ ਈਵਨ ਤੁਸੀਂ ਕੱਲ੍ਹ ਸੁਖਪਾਲ ਸਿੰਘ ਖਹਿਰਾ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਇਹ ਕਿਹਾ ਸੀ ਕਿ ਬਿਲਕੁਲ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣੀ ਚਾਹੀਦੀ ਹੈ, ਹਾਲਾਂਕਿ ਉਹ ਤਾਂ ਆਪ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ, ਪਰ ਢੀਂਡਸਾ ਦੀ ਤਾਰੀਫ ਉਹ ਵੀ ਕਰਦੇ ਨਜ਼ਰ ਆਏ। ਬਿਲਕੁਲ, ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਜਦੋਂ ਤੁਸੀਂ, ਕਿਉਂਕਿ ਚਲੋ ਰਾਜਨੀਤਿਕ ਜਦੋਂ ਵਿਰੋਧੀ ਨੇ ਜਦੋਂ ਟਿਕਟ ਕੱਟ ਜਾਂਦੀ ਆ, ਤਾਂ ਫਿਰ ਉਹ ਇਸ ਤਰ੍ਹਾਂ ਦੀਆਂ ਚੁਟਕੀਆਂ ਵੀ ਲੈਂਦੇ ਨੇ। ਉਹ ਸੁਖਪਾਲ ਸਿੰਘ ਖਹਿਰਾ ਦੀ ਆਪਾਂ ਕਹਿ ਸਕਦੇ ਹਾਂ, ਉਹ ਇੱਕ ਚੁਟਕੀ ਹੀ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਿਆ ਕੇ ਖੰਜਰ ਮਾਰਿਆ ਗਿਆ, ਸੁਰਾ ਮਾਰਿਆ ਗਿਆ ਬੁੱਕਲ ਦੇ ਵਿੱਚ ਲੈ ਕੇ, ਕਿਉਂਕਿ ਕਈ ਤਰ੍ਹਾਂ ਦੀਆਂ ਜਦੋਂ ਇਹ ਚੀਜ਼ਾਂ ਚੱਲਦੀਆਂ ਨੇ ਤਾਂ ਉਹਨਾਂ ਦੇ ਵਰਕਰ ਨਾਰਾਜ਼ ਹੁੰਦੇ ਨੇ। ਇਹ ਸਟੰਟਬਾਜ਼ੀ ਹੁੰਦੀ ਹੈ ਲੀਡਰਾਂ ਦੀ, ਜਿਹੜੇ ਬਿਆਨਬਾਜ਼ੀ ਇਸ ਤਰ੍ਹਾਂ ਦਿਨਾਂ ਦੇ ਵਿੱਚ ਆ ਕੇ ਕਰਦੇ ਨੇ। ਪਰ ਜਿਹੜੀ ਅਹਿਮ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ, ਅਹਿਮ ਜਿਹੜੀ ਗੱਲਬਾਤ ਕਰ ਰਿਹਾ, ਜਿਹਦੇ ਵਿੱਚ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਭਾਵੇਂ ਕਿ ਉੱਧਰੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਬਿਆਨ ਅਰਸੇ ਬਿਲਕੁਲ ਵੱਡਾ ਸਾਹਮਣੇ ਆਇਆ ਹੈਗਾ, ਹਲਚਲ ਦੋਨੋਂ ਪਾਸੇ ਜ਼ਰੂਰ ਚੱਲੀ ਹੋਏਗੀ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਲਗਭਗ 15 ਤੋਂ 20 ਮਿੰਟ ਉਹਨਾਂ ਦੇ ਘਰ 'ਚ ਮਿਲੇ ਨੇ, ਪਰ ਲੱਗਦਾ ਢੀਂਡਸਾ ਪਰਿਵਾਰ ਹਜੇ ਸੰਤੁਸ਼ਟ ਨਹੀਂ ਹੈਗਾ। ਇੱਥੋਂ ਤੱਕ ਜਾਣਕਾਰੀ ਮਿਲੀ ਆ ਕਿ ਢੀਂਡਸਾ ਪਰਿਵਾਰ ਜਿਹੜਾ ਚੋਣ ਲੜਨ ਦੇ ਮੂਡ ਦੇ ਵਿੱਚ ਵੀ ਨਹੀਂ ਹੈਗਾ, ਉਹ ਕਹਿੰਦੇ ਨੇ ਅਸੀਂ ਚੋਣਾਂ ਲੜਨੀਆਂ ਵੀ ਨਹੀਂ, ਕਿਉਂਕਿ ਨਾਰਾਜ਼ਗੀ ਇੰਨੀ, ਇੱਥੋਂ ਤੁਸੀਂ ਸਾਫ ਜ਼ਾਹਰ ਕਰ ਸਕਦੇ ਹੋ ਕਿ ਨਾਰਾਜ਼ਗੀ ਕਿੰਨੀ ਹੋਏਗੀ, ਕਿ ਅਗਰ ਟਿਕਟ ਵਾਪਸੀ ਦੀ ਗੱਲ ਵੀ ਹੁੰਦੀ ਆ ਪਰਮਿੰਦਰ ਨੂੰ ਮਿਲਦੀ ਆ, ਭਾਵੇਂ ਕਿ ਫੈਸਲਾ ਪਰਮਿੰਦਰ ਦੇ ਉੱਪਰ ਹੋਣ ਦੀ ਗੱਲਬਾਤ ਹੋ ਰਹੀ ਆ, ਪਰਮਿੰਦਰ ਸਿੰਘ ਢੀਂਡਸਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਅਸੀਂ ਜਦੋਂ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਗੱਲਬਾਤ ਕੀਤੀ ਆ, ਤਾਂ ਉਹਨਾਂ ਨੇ ਦਾਅਵਾ ਕੀਤਾ ਕਿ ਹਜੇ ਕਿਸੇ ਸਿਰੇ ਕੋਈ ਗੱਲਬਾਤ ਨਹੀਂ ਲੱਗੀ ਹੈਗੀ, ਤਾਂ ਉਹਨਾਂ ਨੂੰ ਮਨ ਕਰਦਾ ਕਿ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਮਤਲਬ ਕਿ ਨਾ ਟਿਕਟ 'ਤੇ ਨਾ ਆਜ਼ਾਦ ਤੌਰ ਦੇ ਉੱਪਰ, ਖਾਸ ਤੌਰ 'ਤੇ ਜਿਹੜਾ ਤੁਸੀਂ ਬੀਜੇਪੀ ਦਾ ਜ਼ਿਕਰ ਕਰਿਆ, ਬੀਜੇਪੀ ਵਾਲੇ ਪਾਸੇ ਨਹੀਂ ਜਾਣਗੇ ਢੀਂਡਸਾ ਪਰਿਵਾਰ, ਉਹਨਾਂ ਨੇ ਜਿਹੜਾ ਸਾਫ ਇਨਕਾਰ ਕਰ ਦਿੱਤਾ ਹੈ, ਕਿਉਂਕਿ ਪਹਿਲਾਂ ਵੀ ਜਦੋਂ ਬੀਜੇਪੀ ਦੇ ਨਾਲ ਸਾਂਝ ਹੋਈ ਸੀ, ਉਸ ਸਮੇਂ ਜਦੋਂ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਪਰਮਿੰਦਰ ਨੂੰ, ਤਾਂ ਜਿਹੜਾ ਵੱਡਾ ਵਿਰੋਧ ਸੀ ਇਸ ਇਲਾਕੇ ਦੇ ਵਿੱਚ ਹੋਇਆ ਸੀ, ਜਗ੍ਹਾ ਜਗ੍ਹਾ ਜਦੋਂ ਜਾਂਦੇ ਸੀ ਉਦੋਂ ਉਹਨਾਂ ਨੂੰ ਘੇਰਿਆ ਜਾਂਦਾ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਬੀਜੇਪੀ ਦੇ ਨਾਲ ਜਾ ਕੇ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਢੀਂਡਸਾ ਪਰਿਵਾਰ ਕਰੇਗਾ, ਕਿਉਂਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਲੀਡਰਾਂ ਦਾ ਜੰਮ ਕੇ ਵਿਰੋਧ ਹੁੰਦਾ, ਹਰ ਦਿਨ ਤਸਵੀਰਾਂ ਆ ਰਹੀਆਂ ਨੇ ਜੀ। ਪਰ ਕੱਲ੍ਹ ਨੂੰ ਸੰਗਰੂਰ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ, ਜਿਹਦੇ ਵਿੱਚ ਢੀਂਡਸਾ ਪਰਿਵਾਰ ਦੇ ਸਮਰਥਕ ਨੇ ਜਿਹੜੇ ਉਹ ਪਹੁੰਚਣਗੇ,
ਉੱਥੇ ਕੀ ਗੱਲਬਾਤ ਹੁੰਦੀ ਹੈ ਕੱਲ੍ਹ ਨੂੰ, ਇਹ ਬਹੁਤ ਅਹਿਮ ਰਹਿਣ ਵਾਲਾ ਅਰਸ, ਕਿਉਂਕਿ ਉਸੇ ਚੀਜ਼ ਦੇ ਉੱਪਰ ਨਿਰਭਰ ਹੋ ਗਿਆ ਕੀ ਆਪਣੇ ਵਰਕਰਾਂ ਨੂੰ ਆਦੇਸ਼ ਢੀਂਡਸਾ ਪਰਿਵਾਰ ਦਿੰਦਾ ਕਿ ਨਾਲ ਚੱਲਣ ਦੀਆਂ ਗੱਲਾਂ ਹੋਣਗੀਆਂ, ਜਾਂ ਫਿਰ ਸਾਈਲੈਂਟ ਬੈਠਿਆ ਜਾਊਗਾ, ਜਾਂ ਫਿਰ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਹੈਗਾ ਕਿ ਟਿਕਟ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਜਾਂ ਫਿਰ ਟਿਕਟ ਬਦਲੀ ਜਾ ਸਕਦੀ ਆ, ਇਹ ਜਿਹੜੇ ਕਈ ਮਾਇਨੇ ਨੇ ਜਿਹੜੇ ਉਹ ਕੱਲ੍ਹ ਸਾਫ਼ ਹੋ ਜਾਣਗੇ, ਕਿਉਂਕਿ ਕੱਲ੍ਹ ਸੰਗਰੂਰ ਰਿਹਾਇਸ਼ ਦੇ ਉੱਪਰ ਜਿਹੜੀ ਮੀਟਿੰਗ ਹੈ ਜਿਹੜੀ ਵਰਕਰਾਂ ਦੀ, ਉਹ ਜ਼ਰੂਰ ਢੀਂਡਸਾ ਪਰਿਵਾਰ ਨੇ ਰੱਖੀ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਵੀ ਇਸ ਤਮਾਮ ਜਾਣਕਾਰੀ ਦੇ ਲਈ। ਸੋ ਕਾਫੀ ਦਿਲਚਸਪ ਤਸਵੀਰ ਬਣ ਚੁੱਕੀ ਹੈ ਅਕਾਲੀ ਦਲ ਦੀ ਸੰਗਰੂਰ ਦੇ ਅੰਦਰ। ਇਕਬਾਲ ਸਿੰਘ ਝੂੰਦਾ ਫਿਲਹਾਲ ਅਕਾਲੀ ਦਲ ਦੇ ਉਮੀਦਵਾਰ ਨੇ ਸੰਗਰੂਰ ਤੋਂ, ਪਰ ਢੀਂਡਸਾ ਪਰਿਵਾਰ ਨਾਰਾਜ਼ ਚੱਲ ਰਿਹਾ ਕਿ ਹੁਣ ਇਕਬਾਲ ਸਿੰਘ ਝੂੰਦਾ ਦੀ ਟਿਕਟ ਕੱਟੀ ਜਾਏਗੀ ਕਿ ਬਦਲੀ ਜਾਏਗੀ ਇਹ ਟਿਕਟ, ਕਿਵੇਂ ਮਨਾਇਆ ਜਾਏਗਾ ਪਰਮਿੰਦਰ ਸਿੰਘ ਢੀਂਡਸਾ ਨੂੰ, ਸੁਖਦੇਵ ਸਿੰਘ ਢੀਂਡਸਾ ਨੂੰ? ਇਸ ਸਭ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਨੇ, ਕੋਸ਼ਿਸ਼ਾਂ ਹੋਈਆਂ ਅਕਾਲੀ ਦਲ ਵੱਲੋਂ, ਪਰ ਅਜੇ ਸਫਲ ਨਹੀਂ ਹੋ ਸਕੀਆਂ। ਦੂਜਾ, ਬਿਕਰਮ ਸਿੰਘ ਮਜੀਠੀਆ ਦੇ ਬਿਆਨ ਨੇ ਨਵੀਂ ਹਲਚਲ ਪੈਦਾ ਕੀਤੀ ਹੈ ਕਿ ਇੱਕ ਤਾਂ ਇਕਬਾਲ ਸਿੰਘ ਝੂੰਦਾ ਕੈਂਡੀਡੇਟ ਨੇ, ਦੂਜੇ ਪਾਸੇ ਜੋ ਬਿਕਰਮ ਸਿੰਘ ਮਜੀਠੀਆ ਨੇ ਉਹ ਪਰਮਿੰਦਰ ਸਿੰਘ ਢੀਂਡਸਾ ਦੀ ਪੈਰਵੀ ਕਰਦੇ ਨਜ਼ਰ ਆ ਰਹੇ ਨੇ। ਸੋ ਦੇਖਣਾ ਹੋਵੇਗਾ ਕਿ ਅਕਾਲੀ ਦਲ ਦਾ ਇਸ ਸੀਟ 'ਤੇ ਕੀ ਬਣਦਾ। ਬਾਕੀ ਤੁਸੀਂ ਕੀ ਕੁਛ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਦੇਖਦੇ ਰਹੋ ਪੰਜਾਬ ਤਾਂ। ਸਤਿ ਸ਼੍ਰੀ ਅਕਾਲ।